ਠੀਕ ਹੈ, ਤੁਹਾਡੀ ਪਾਰਟੀ ਦੇ ਅੰਦਰ ਦੇ ਜਿਹੜੇ ਚੈਲੰਜਸ ਆ ਉਹਨਾਂ ਨੂੰ ਇਹ ਤੁਸੀਂ ਕਹਿ ਸਕਦੇ ਹੋ, ਲੋਕ ਵੀ ਬੈਨੀਫਿਟ ਆਫ ਡਾਊਟ ਹੈ ਕਹਿ ਸਕਦੇ ਆ ਵੀ ਉਹ ਕਿਸੇ ਦੇ ਲਈ ਕਰ ਰਹੇ ਹੋਣਗੇ ਇਸ ਵਕਤ ਕੰਮ, ਪਰ ਇਨ ਟੋਟੈਲਿਟੀ ਜਦੋਂ ਤੁਸੀਂ ਸਿੱਖ ਸੁਸਾਇਟੀ ਨੂੰ ਦੇਖਦੇ ਹੋ, ਉਹ ਵੀ ਕਿਤੇ ਨਾ ਕਿਤੇ ਜਦੋਂ ਤੁਸੀਂ ਉਭਾਰ ਦੇਖਦੇ ਹੋ ਸਰਬਜੀਤ ਸਿੰਘ ਖਾਲਸਾ ਦਾ, ਅੰਮ੍ਰਿਤਪਾਲ ਸਿੰਘ ਦਾ, ਦੋ ਇਹਨਾਂ ਹਲਕਿਆਂ ਦੇ ਵਿੱਚ, ਤਾਂ ਕਿਤੇ ਨਾ ਕਿਤੇ ਜਿਹੜੀ ਅਪਸੈਟ ਦੀ ਸਥਿਤੀ ਹੈਗੀ ਉਹ ਸਿੱਖ ਸੁਸਾਇਟੀ 'ਚ ਵੀ ਦਿਖ ਰਹੀ ਹੈਗੀ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ, ਮਤਲਬ ਸਿੱਖ ਸੁਸਾਇਟੀ ਵੀ ਕਿਤੇ ਅਸ਼ਾਂਤ ਹੈ, ਕੀ ਲੱਭ ਰਹੀ ਹੈ ਕਿਤੇ ਬਦਲ, ਜਾਂ ਸਿਰਫ ਇਹ ਦੇਖਦੇ ਹੋ ਕਿ ਕਈ ਵਾਰੀ ਆ ਜਾਂਦਾ ਵਕਤ ਦਾ ਕੋਈ ਇਸ ਤਰ੍ਹਾਂ ਦਾ ਦੌਰ? ਨਹੀਂ, ਦੋ ਜਿਹੜੀਆਂ ਘਟਨਾਵਾਂ ਹੈਗੀਆਂ ਨੇ, ਇੱਕ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ, ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ 1984 ਦਾ ਜਿਹੜਾ ਹਮਲਾ, ਉਸ ਵੇਲੇ ਕਾਂਗਰਸ ਦੇ ਰਾਜ ਵੇਲੇ ਜਿਹੜਾ ਫੌਜ ਦਾ ਕਰਾਇਆ ਗਿਆ, ਔਰ ਦੂਜਾ ਜਿਹੜਾ 1984 ਦਾ ਸਿੱਖ ਕਤਲੇਆਮ ਦਿੱਲੀ ਦੇ ਵਿੱਚ ਹੋਇਆ। ਇਹ ਦੋ ਇਹੋ ਜਿਹੇ ਅੱਲੇ ਜ਼ਖਮ ਹੈ ਜਿਨ੍ਹਾਂ ਦੇ ਉੱਤੇ ਅੱਜ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ। ਠੀਕ। ਔਰ ਤੁਸੀਂ ਹਮੇਸ਼ਾ ਦੇਖੋਗੇ ਕਿ ਹਿਸਟਰੀ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸਿੱਖ ਭਾਈਚਾਰਾ ਉਹ ਇਹਨਾਂ ਬੇਇਨਸਾਫੀਆਂ ਦੇ ਖਿਲਾਫ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣਾ ਫੈਸਲਾ ਜਿਹੜਾ ਉਹ ਸਮੇਂ ਸਮੇਂ ਦਿੰਦਾ ਹੈ। ਕਿਸੇ ਵੇਲੇ ਸਰਦਾਰ ਸਿਮਰਨਜੀਤ ਸਿੰਘ ਮਾਨਹੋਰੀ ਵੀ ਇਸੇ ਲਹਿਰ ਦੇ ਵਿੱਚੋਂ ਜਿੱਤੇ, ਸਰਦਾਰ ਹਰਿੰਦਰ ਸਿੰਘ ਖਾਲਸਾ ਜੀ ਵੀ ਇਸੇ ਤਰ੍ਹਾਂ ਜਿੱਤੇ, ਭਾਈ ਤਿੰਦਰਪਾਲ ਸਿੰਘ ਖਾਲਸਾ ਵੀ ਜੇਲ੍ਹ 'ਚੋਂ ਬੈਠੇ ਕਿਸੇ ਵੇਲੇ ਇਸੇ ਤਰ੍ਹਾਂ ਉਹਨਾਂ ਨੂੰ ਵੀ ਜਿਤਾਇਆ ਗਿਆ ਸੀ। ਇਹੀ ਜਿਹੜੇ ਸਰਦਾਰ ਸਰਬਜੀਤ ਸਿੰਘ ਹੁਣ ਜਿੱਤੇ ਆ, ਇਹਨਾਂ ਦੇ ਮਾਤਾ ਜੀ ਬਿਮਲ ਕੌਰ ਖਾਲਸਾ ਜੀ ਵੀ, ਇਹਨਾਂ ਦੇ ਦਾਦਾ ਜੀ ਵੀ ਸਰਦਾਰ ਸੁੱਚਾ ਸਿੰਘ ਮਲੋਆ ਸਾਹਿਬ ਵੀ, ਇਹ ਤੁਸੀਂ ਹਮੇਸ਼ਾ ਹੀ ਦੇਖੋਗੇ ਕਿ ਇਹ ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਹੈ, ਜਦੋਂ ਸਿੱਖ ਜਿਹੜਾ ਉਹਦੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ, ਇਹ ਭਾਵਨਾ ਮੁੜ ਕੇ ਕਿ ਇਹ ਇਹਨਾਂ ਲੋਕਾਂ ਨਾਲ ਜ਼ਿਆਦਤੀ ਹੋਈ, ਇਨਸਾਫ ਨਹੀਂ ਮਿਲਿਆ, ਸਿੱਖ ਨੌਜਵਾਨਾਂ ਦੇ ਨਾਲ ਬੇਇਨਸਾਫੀ ਹੋਈ, ਜਿਹੜੀ ਪੁਰਾਣੇ ਵੇਲੇ ਸਿੱਖੀ ਦਾ ਕਾਂਡ ਹੋਇਆ, ਜਿਹੜੇ ਐਡੀ ਵੱਡੀ ਗਿਣਤੀ ਦੇ ਵਿੱਚ ਸਿੱਖ ਨੌਜਵਾਨ ਮਾਰੇ ਗਏ, ਇਹਨਾਂ ਚੀਜ਼ਾਂ ਦੇ ਖਿਲਾਫ ਇਨਸਾਫ ਨਾ ਮਿਲਣ ਕਰਕੇ ਸਮੇਂ ਸਮੇਂ ਮੁਤਾਬਕ ਰੋਹ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਰਹਿੰਦਾ। ਐਤਕੀ ਉਹਦੇ ਵਿੱਚ ਅੰਮ੍ਰਿਤਪਾਲ ਵਾਲਾ ਕੇਸ ਵੀ ਬਣ ਗਿਆ, ਔਰ ਉੱਧਰ ਸਰਬਜੀਤ ਸਿੰਘ ਵਾਲਾ ਬਣ ਗਿਆ, ਕਿਉਂਕਿ ਇੱਕ ਨੌਜਵਾਨਾਂ ਦੇ ਖਿਲਾਫ ਜਿਵੇਂ ਪੁਰਾਣੇ ਵੇਲੇ ਹੁੰਦਾ ਸੀ NSA ਲਗਾਉਣ ਦੇ ਜਿਹੜਾ ਇਸ਼ੂ ਹੈ ਉਹ ਜਵਾਨੀ ਦੇ ਸਾਹਮਣੇ ਸੀ, ਦੂਜੇ ਪਾਸੇ ਜਿਹੜੀ ਇਤਿਹਾਸਿਕ ਮੈਂ ਕਿਹਾ ਕਿ ਬੇਇਨਸਾਫੀਆਂ ਹੋਈਆਂ ਉਹਦਾ ਜਿਹੜਾ ਪਰਿਵਾਰ ਜਿਹੜਾ ਸਿੰਬਲ ਹੈ ਉਹ ਪਰਿਵਾਰ ਦੇ ਵਿੱਚੋਂ MP ਬਣ ਗਿਆ। ਇਸ ਲਈ ਇਹ ਤਾਂ ਕੇਂਦਰ ਸਰਕਾਰਾਂ ਦੇ ਵਾਸਤੇ ਵੀ ਇੱਕ ਬੜਾ ਵੱਡਾ ਸਬਕ ਹੈ ਕਿ ਜੇ ਇਨਸਾਫ ਚੀਜ਼ਾਂ ਦੇ ਉੱਤੇ ਨਹੀਂ ਹੋਏਗਾ ਤਾਂ ਇਹ ਸੈਂਟੀਮੈਂਟ ਜਿਹੜਾ ਇਹ ਖਤਮ ਨਹੀਂ ਹੋਣ ਲੱਗਿਆ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਮਣੇ ਆਉਂਦਾ ਰਹੇਗਾ। ਇਸ ਕਰਕੇ ਸਰਕਾਰਾਂ ਨੂੰ ਇਹਦੇ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਪਰਮਾਨੈਂਟ ਅਮਨ ਵਾਸਤੇ, ਸ਼ਾਂਤੀ ਵਾਸਤੇ, ਭਾਈਚਾਰਕ ਸਾਂਝ ਵਾਸਤੇ ਇਹ ਜ਼ਰੂਰੀ ਹੈ ਕਿ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਜਿਹੜਾ ਉਸ ਭਾਵਨਾ ਨਾਲ ਲੈਣ ਤਾਂ ਜੋ ਜਿਹੜੀ ਹੈ ਕਿਤੇ ਨਾ ਕਿਤੇ ਮਨ ਜਿਹੜਾ ਸਿੱਖਾਂ ਦਾ ਉਹ ਸ਼ਾਂਤ ਹੋ ਸਕੇ।